ਵਿਆਹ ਤੇ ਗਿਆ ਹੋਇਆ ਸੀ ਪੂਰਾ ਪਰਿਵਾਰ ਤਾਂ ਪਿੱਛੋਂ ਚੋਰਾਂ ਨੇ ਨਕਦੀ ਅਤੇ ਗਹਿਣੇ ਦੇ ਉੱਤੇ ਕੀਤਾ ਹੱਥ ਸਾਫ਼। ਜੀ ਹਾਂ, ਜਦੋਂ ਇੱਕ ਪਰਿਵਾਰ ਪੂਰਾ ਵਿਆਹ ਸਮਾਗਮ ਦੇ ਉੱਤੇ ਗਿਆ ਹੋਇਆ ਸੀ ਸਵੇਰੇ, ਤਾਂ ਜਦੋਂ ਦੁਪਹਿਰ ਨੂੰ ਆ ਕੇ ਉਹਨਾਂ ਨੇ ਘਰ ਵੇਖਿਆ ਤਾਂ ਉਹਨਾਂ ਦੇ ਘਰ ਦੇ ਜਿੰਦੇ ਅਤੇ ਤਾਲੇ ਟੁੱਟੇ ਪਏ ਸਨ। ਇਸ ਦੇ ਨਾਲ ਹੀ ਜੋ ਅਲਮਾਰੀਆਂ ਸਨ ਉਹਨਾਂ ਦੇ ਵੀ ਤਾਲੇ ਤੋੜ ਕੇ ਚੋਰਾਂ ਦੇ ਵੱਲੋਂ ਨਕਦੀ ਅਤੇ ਕਰੀਬ ਕਰੀਬ ਕਿਹਾ ਜਾ ਰਿਹਾ ਕਿ 40 ਤੋਲੇ ਸੋਨਾ ਉਸਦੇ ਉੱਤੇ ਹੱਥ ਸਾਫ਼ ਕਰਕੇ ਫਰਾਰ ਹੋ ਗਏ ਨੇ। ਤਾਂ ਮਾਮਲਾ ਜਲੰਧਰ ਦੇ ਹਲਕਾ ਨਕੋਦਰ ਦੇ ਰਣਜੀਤ ਨਗਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪੂਰਾ ਪਰਿਵਾਰ ਵਿਆਹ ਸਮਾਗਮ ਦੇ ਉੱਤੇ ਦਿਨ ਦੇ ਵਿੱਚ ਗਿਆ ਹੋਇਆ ਸੀ। ਤਾਂ ਜਦੋਂ ਦੁਪਹਿਰ 'ਚ ਉਹ ਘਰ ਪਹੁੰਚੇ ਤਾਂ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ। ਜਿਸ ਤੋਂ ਬਾਅਦ ਉਹਨਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਵੀ ਸਮਾਨ ਸਾਰਾ ਖਿਲਰਿਆ ਹੋਇਆ ਫਰਸ਼ 'ਤੇ ਸੀ। ਅਤੇ ਜਦੋਂ ਉਹਨਾਂ ਨੇ ਆਪਣਾ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਚੋਰ ਉਹਨਾਂ ਦੇ ਘਰ ਦੇ ਵਿੱਚ ਆਏ ਸਨ ਅਤੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ। ਅਤੇ ਫਿਲਹਾਲ ਹੁਣ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਨਕਦੀ ਅਤੇ 40 ਤੋਲੇ ਦੇ ਕਰੀਬ ਸੋਨਾ ਚੁੱਕ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਨੇ। ਕੀ ਗੱਲਬਾਤ ਹੋਈ ਹੈ? ਗੱਲਬਾਤ ਇਹ ਹੈ ਵੀ 11:30 ਵਜੇ ਅਸੀਂ ਇੱਥੋਂ ਅੱਜ KS ਰਿਸੋਰਟ ਮੈਰਿਜ 'ਤੇ ਗਏ ਹਾਂ। ਮੈਂ ਔਰ ਮੇਰੇ ਮਿਸਿਜ ਦੋਨੇ ਗਏ ਹਾਂ ਅਤੇ ਪਿੱਛੋਂ ਵਾਰਦਾਤ ਹੀ ਹੋਈ ਹੈ, ਚੋਰੀ ਦੀ ਵਾਰਦਾਤ। ਅਤੇ ਘਰ ਦੇ ਤਾਲੇ ਬਾਹਰੋਂ ਲੱਗੇ ਸੀ, ਗੇਟ ਟੱਪ ਕੇ ਇਹਨਾਂ ਨੇ ਵਾਰਦਾਤ ਕੀਤੀ ਹੈ। ਅਤੇ ਲੋਸ ਕੋਈ ਜੂਲਰੀ ਦਾ ਜ਼ਿਆਦਾ ਹੋਇਆ, ਕੋਈ ਕੈਸ਼ ਵੀ 1 ਲੱਖ ਦੇ ਕਰੀਬ ਸੀ ਅਤੇ ਬਾਕੀ ਚਾਂਦੀ ਦੇ ਕੋਈ ਸੈੱਟ ਸੀ, ਘੜੀਆਂ ਵਗੈਰਾ ਬਾਹਰ ਲੀਆਂ ਸੀ 2-4, ਉਹ ਵੀ ਗਾਇਬ ਹੋ ਗਈ ਨੇ, ਲੈ ਗਏ। ਟੋਟਲ ਕਿੰਨਾ ਕੁ ਨੁਕਸਾਨ? ਟੋਟਲ ਕੋਈ ਨੁਕਸਾਨ 25-26 ਦੇ ਲੱਖ ਦੇ ਕਰੀਬ ਹੈ। 40 ਤੋਲੇ ਸੋਨਾ ਹੀ ਸੀ ਜ਼ਿਆਦਾਤਰ, ਕਿਉਂਕਿ ਪਹਿਲਾ ਸਸਤੇ ਟਾਈਮ ਦਾ ਜਿਹੜਾ ਗਹਿਣੇ ਗੁਣੇ ਲੜਕੇ ਲੜਕੀਆਂ ਦੇ ਨੂੰਹ ਰਾਣੀ ਦੇ ਘਰ ਪਏ ਸੀ, ਆਉਂਦੇ ਜਾਂਦੇ ਵਰਤਦੇ ਸੀ। ਅਤੇ ਅੱਜ ਕੱਲ੍ਹ ਮਹਿੰਗਾ ਹੋ ਗਿਆ ਹੈ ਸੋਨਾ, ਅਤੇ ਉਹਨਾਂ ਨੇ ਜ਼ਿਆਦਾਤਰ ਉਹਨੂੰ ਹੀ ਹੱਥ ਪਾਇਆ। ਪੁਲਿਸ ਨੂੰ ਕੰਪਲੇਂਟ ਕੀਤੀ? ਕਰ ਦਿੱਤੀ ਹੈ ਜੀ। ਕੋਈ CCTV ਕੈਮਰੇ ਵਗੈਰਾ? ਨਹੀਂ ਲਵਾਇਆ ਹੈ। ਅਤੇ ਫੁਟੇਜ ਜਿਹੜੀਆਂ ਆਂਢੀ ਗੁਆਂਢੀ ਇੱਧਰੋਂ ਉੱਧਰੋਂ ਕਲੈਕਟ ਕਰਕੇ ਪਤਾ ਲੱਗਾ ਕਿ ਇੱਕ ਬੰਦਾ ਜਿਹੜਾ ਐਂਟਰ ਹੋਇਆ ਗੇਟ ਟੱਪ ਕੇ, ਅਤੇ ਉਹਦੀ ਇਹ ਵਾਰਦਾਤ ਕੀਤੀ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਪ੍ਰਸ਼ਾਸਨ ਤੋਂ ਇਹ ਹੀ ਹੈ ਕਿ ਇੱਦਾਂ ਦੀ ਵਾਰਦਾਤ 20-25 ਸਾਲ ਤੋਂ ਅਸੀਂ ਇੱਥੇ ਰਹੇ, ਇੱਦਾਂ ਦੀ ਤਾਂ ਕੋਈ ਸੁਣਿਆ ਨਹੀਂ ਹੈ, ਨਾ ਅਸੀਂ ਦੇਖਿਆ ਹੀ ਆਪਣੇ ਟਾਈਮ 'ਤੇ ਕੋਈ ਚੋਰੀ ਦਾ ਕੋਈ ਇੱਦਾਂ ਦਾ ਹੈ ਹੋਇਆ ਕੇਸ, ਪਹਿਲੀ ਵਾਰੀ ਇਹ ਹੋਇਆ। ਛੋਟੀਆਂ ਮੋਟੀਆਂ ਵਾਰਦਾਤਾਂ ਸ਼ਹਿਰ ਵਿੱਚ ਵੀ ਅਸੀਂ ਸੁਣਦੇ ਰਹੇ ਹਾਂ ਕਿ ਅੱਜ ਕੱਲ੍ਹ ਇਹ ਚੱਲਦਾ ਹੈ ਕੰਮ, ਅਤੇ ਸਤਰਕ ਤਾਂ ਰਹੀਦਾ ਸੀ, ਪਰ ਪਤਾ ਨਹੀਂ ਹੁੰਦਾ ਕਿ ਮੌਕੇ ਦਾ ਕਿ ਇੱਦਾਂ ਹੋ ਜਾਣੀ ਸੀ। ਅਤੇ ਦਾਖਲ ਕਿੱਧਰ ਦੀ ਹੋਇਆ ਜਿਹੜਾ ਵੀ ਵਿਅਕਤੀ ਹੋਇਆ? ਗੇਟ ਤੋਂ ਟੱਪ ਕੇ ਅੰਦਰ ਦਾ। ਕੋਈ ਉਹਨੇ ਤਾਲੇ ਵਗੈਰਾ ਤੋੜੇ ਹੈ? ਰਸੋਈ ਦਾ ਤਾਲਾ ਤੋੜ ਕੇ ਸਰਵਿਸ ਵਿੰਡੋ ਤੋਂ ਵਿੱਚੋਂ ਅੰਦਰ ਐਂਟਰ ਹੋ ਗਿਆ, ਅੰਦਰ ਦਰਵਾਜ਼ੇ ਖੁੱਲ੍ਹੇ ਹੀ ਸੀ, ਸਟੋਰ ਦਾ ਤਾਰਾ ਫਿਰ ਅੱਗੇ ਜਾ ਕੇ ਤੋੜਿਆ ਦਰਵਾਜ਼ੇ ਦਾ, ਅਤੇ ਆਪਣਾ ਲੈ ਕੇ 15-20 ਮਿੰਟ ਦੇ ਵਿੱਚ ਹੀ ਫੁਟੇਜ ਤੋਂ ਪਤਾ ਲੱਗਦਾ ਕਿ 15-20 ਮਿੰਟ ਦੇ ਵਿੱਚ ਹੀ ਉਹਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਤੇ 12:15 ਵਜੇ ਐਂਟਰੀ ਉਹਦੀ ਲੱਗਦੀ ਹੈ ਅਤੇ 12:15 ਦੇ ਕਰੀਬ ਉਹ ਨਿਕਲ ਜਾਂਦਾ। ਸੋਨੇ ਦੇ ਗਹਿਣੇ ਸੀਗੇ ਜਾਂ ਚਾਂਦੀ ਦੇ? ਸੋਨੇ ਦੇ ਸੀ ਜ਼ਿਆਦਾ, 2-1 ਸੈੱਟ ਸੀ, ਨੂੰਹ ਰਾਣੀ ਦੇ ਸੀ ਅਤੇ ਮੇਰੇ ਮਿਸਿਜ ਦੇ ਸੀ, ਅਤੇ ਕੁਛ ਰਿੰਗਸ ਸੀ ਜਾਂ 2-4 ਘੜੀਆਂ ਇੰਪੋਰਟਡ ਸੀ, ਕੋਈ ਗਿਫਟਡ ਬੇਟੇ ਦੀ ਉਹ ਚੋਰੀ ਹੋ ਗਈ, ਕੋਈ ਚਾਂਦੀ ਦਾ ਥੋੜ੍ਹਾ ਬਹੁਤ ਸਮਾਨ ਸੀ। ਟੋਟਲ 25 ਤੋਂ 25-26 ਦੇ ਕਰੀਬ ਅਪਰੋਕਸੀਮੇਟ ਕਹਿ ਸਕਦੇ ਅੱਜ ਦੀ ਡੇਟ 'ਚ। ਠੀਕ, ਹਾਂਜੀ ਸਰ, ਕੀ ਨਾਮ ਜੀ? ਹੇਮੰਤ ਸ਼ਰਮਾ, ਮਿਊਂਸੀਪਲ ਕੌਂਸਲਰ, ਵਾਰਡ ਨੰਬਰ 4। ਕੌਂਸਲਰ ਸਾਹਿਬ, ਅੱਜ ਫਿਰ ਤੁਹਾਡੇ ਵਾਰਡ ਦੇ ਵਿੱਚ ਹੀ ਚੋਰੀ ਹੋਈ ਆ, ਕੀ ਕਹਿਣਾ ਚਾਹੋਗੇ? ਸਾਡੇ ਵਾਸਤੇ ਨੇ ਬੜੀ ਇਹ ਮੰਦਭਾਗੀ ਘਟਨਾ ਹੋ ਰਹੀ ਆ ਕਿ ਜਿਸ ਤਰ੍ਹਾਂ ਕਿ ਰੂਟੀਨ ਦੇ ਵਿੱਚ ਹੀ ਚੋਰੀਆਂ ਹੋ ਰਹੀਆਂ ਸੀ, ਲੇਕਿਨ ਜਿਹੜੀ ਅੱਜ ਦੀ ਜਿਹੜੀ ਚੋਰੀ ਆ ਇਹ ਇੱਕ ਚੋਰੀ ਨਹੀਂ ਕਹਿ ਸਕਦੇ, ਇਹ ਕਿਸਮ ਦਾ ਇੱਕ ਡਾਕਾ ਹੀ ਹੈ, ਕਿਉਂਕਿ 40 ਤੋਲੇ ਸੋਨਾ, 1-1.5 ਲੱਖ ਰੁਪਇਆ ਕੈਸ਼, ਚਾਂਦੀ ਦੇ ਸੈੱਟ, ਉਸ ਤੋਂ ਇਲਾਵਾ ਜਿਹੜੀਆਂ ਇੰਪੋਰਟਡ ਘੜੀਆਂ, ਇੰਨਾ ਨੁਕਸਾਨ ਹੋ ਜਾਣਾ, ਇਹ ਤਾਂ ਚੰਗਾ ਭਲਾ ਇਨਸਾਨ ਵੀ ਜਿਹੜਾ ਵਾ ਉਹ ਹਿੱਲ ਜਾਂਦਾ ਹੈਗਾ। ਅਸੀਂ ਜਿੰਨੀ ਮਰਜ਼ੀ ਆਪਣੇ ਵੱਲੋਂ ਮੁਸਤੈਦੀ ਕਰ ਲਈ ਹੈ, ਲੇਕਿਨ ਜਿੰਨੀ ਦੇਰ ਤੱਕ
ਪੁਲਿਸ ਵਾਲੇ ਸਾਡੇ ਸ਼ਹਿਰ ਦੇ ਵਿੱਚ ਤਫਰੀ ਨਹੀਂ ਕਰਨਗੇ ਉਨੀ ਦੇਰ ਤਾਈਂ ਇਹ ਚੋਰੀਆਂ ਦਾ ਜਿਹੜਾ ਸਿਲਸਿਲਾ ਵਾ ਬੰਦ ਨਹੀਂ ਹੋ ਸਕੇ। ਅਸੀਂ ਬਹੁਤ ਜ਼ਿਆਦਾ ਹਰ ਵਾਰ ਡੀ ਐੱਸ ਪੀ ਸਾਹਿਬ ਨੂੰ ਵੀ ਐੱਸ ਐੱਚ ਓ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਸ਼ਹਿਰ ਦੇ ਵਿੱਚ ਤਫਰੀ ਜ਼ਰੂਰ ਵਧਾਈ ਜਾਏ, ਕਿਉਂਕਿ ਜਿਹੜੇ ਅਣਪਛਾਤੇ ਬੰਦੇ ਆ ਇਹ ਵੀਰਵਾਰ ਐਤਵਾਰ ਹੁਣ ਤਾਂ ਦਿਨ ਕੋਈ ਇਹੋ ਜਿਹਾ ਰਿਹਾ ਹੀ ਨਹੀਂ ਕਿ ਜਿਸ ਦਿਨ ਚੋਰੀ ਨਾ ਹੁੰਦੀ। ਆਹ ਥੋੜ੍ਹੇ ਦਿਨਾਂ ਦੇ ਵਿੱਚ ਹੀ ਵਾਰਡ ਨੰਬਰ 4 ਦੀ ਅੱਜ ਇਹ ਪੰਜਵੀਂ ਚੋਰੀ ਆ। ਅੱਜ ਸਰ ਸਾਡੇ ਬਾਬੂ ਕਿਸ਼ਨ ਜੀ ਦੇ ਕੁਮਾਰ ਜੀ ਦੀ ਚੋਰੀ ਨਹੀਂ ਹੋਈ ਇਹਦੇ ਨਾਲ ਨਾਲ, ਇਹ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਵਾ। ਇਸ ਤੋਂ ਇਲਾਵਾ ਇੱਕ ਚੋਰੀ ਹੋਰ ਰਣਜੀਤ ਨਗਰ ਦੇ ਵਿੱਚ ਹੋਈ ਹੈ, ਇਹ ਉਸ ਤੋਂ ਇਲਾਵਾ ਇੱਕ ਹੋਰ ਜਗ੍ਹਾ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਉੱਥੇ ਨਾਕਾਮਯਾਬ ਹੋ ਗਏ ਕਿ ਉੱਥੇ ਕੋਈ ਆ ਗਿਆ ਅਤੇ ਚਲੇ ਗਏ। ਲੇਕਿਨ ਜੇ ਇਹਨਾਂ ਲੋਕਾਂ ਦੇ ਹੌਸਲੇ ਇੰਨੇ ਜ਼ਿਆਦਾ ਵੱਧ ਜਾਣਗੇ ਤਾਂ ਸ਼ਹਿਰ ਵਾਸੀ ਕਿਹਦੇ ਆਸਰੇ ਜ਼ਿੰਦਗੀ ਕੱਟਣ? ਅਸੀਂ ਤਾਂ ਇਹ ਸੋਚ ਸੋਚ ਕੇ ਮਜਬੂਰ ਹੋਏ ਪਏ ਹਾਂ, ਮਯੂਸ ਹੋਏ ਪਏ ਹਾਂ ਵੀ ਕੀ ਇਸ ਬਾਰੇ ਕੀਤਾ ਜਾ ਸਕਦਾ। ਪੁਲਿਸ ਆਈ ਸੀ ਮੌਕੇ 'ਤੇ? ਹਾਂ, ਪੁਲਿਸ ਨੂੰ ਇਨਫੋਰਮ ਕੀਤਾ ਸੀਗਾ ਜੀ, ਆਈ ਓ ਸਾਹਿਬ ਵੀ ਆਏ ਸੀਗੇ ਅਤੇ ਉਹਨਾਂ ਦੇ ਨਾਲ ਨਾਲ ਮੈਂ ਡਿਪਟੀ ਸਾਹਿਬ ਨੂੰ ਵਿਸ਼ੇਸ਼ ਰੂਪ 'ਚ ਬੁਲਾਇਆ ਸੀਗਾ ਅਤੇ ਉਹ ਸਪੈਸ਼ਲੀ ਮੇਰੀ ਰਿਕੁਐਸਟ ਦੇ ਉੱਤੇ ਆਏ ਅਤੇ ਉਹਨਾਂ ਨੇ ਆਪ ਆ ਕੇ ਚੰਗੀ ਤਰ੍ਹਾਂ ਤਫਤੀਸ਼ ਵੀ ਕੀਤੀ ਆ ਅਤੇ ਅੱਗੇ ਗਾਈਡਲਾਈਨ ਵੀ ਉਹਨਾਂ ਨੂੰ ਦਿੱਤੀਆਂ ਹੈਗੀਆਂ ਵੀ ਕਿ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਚੈੱਕ ਕਰਕੇ ਮੈਨੂੰ ਰਿਪੋਰਟ।